ਸਾਹਿਬ ਵੱਲ ਜਾਤਾ, ਦੇਖ ਲਓ ਇਹ ਕਮੇਟੀ ਮੈਂਬਰ ਬੈਠੇ ਨੇ, ਸਾਰਾ ਸਾਹਿਬ ਵੱਲ ਜਾਤਾ। 54 ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਨਿਊ ਵਲੋਗ। ਅਤੇ ਅੱਜ ਹੈਗਾ ਖਾਲਸਾ ਪ੍ਰਗਟ ਦਿਵਸ ਵਿਸਾਖੀ, ਅਤੇ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ। ਸਵੇਰ ਦੇ ਵੱਜ ਗਏ 6:10 ਹੋ ਗਏ, ਅਤੇ ਆਪਾਂ ਸੁਨਹਿਰੇ ਰੰਗ ਦਾ ਕੁੜਤਾ ਮੈਂ ਪਾਇਆ ਸੀ ਵਿਸਾਖੀ ਕਰਕੇ, ਕਿਉਂਕਿ ਮੀਂਹ ਕਣੀਆਂ ਵੀ ਪਈ ਜਾਂਦੇ। ਰੈਂਬੇ ਇੱਧਰ ਕਣੀਆਂ ਪੈ ਕੇ ਖੜੀਆਂ ਨੇ, ਰੱਬਾ ਰੋਕ ਕੇ ਰੱਖੀ ਮੀਂਹ ਨੇ ਆ ਜਾਵੇ। ਟਾਹਲੀਆਂ ਸਾਰਾ ਬੂਰ ਥੱਲੇ ਡਿੱਗ ਪਿਆ, ਜੋ ਵੀ ਵਸਾਏ ਪਏ ਨੇ, ਵੱਢਣ ਵਾਲੀਆਂ ਮਸ਼ੀਨ ਨੇ ਉਹਨਾਂ ਦੀ ਨਿਕਲੀ ਹੈਗੀ ਮਸ਼ੀਨ, ਖੜੀ ਆ ਉੱਥੇ ਕਣਕਾਂ ਮੂਹਰੇ, ਉਹਨਾਂ ਦੀ ਕਣਕ ਵੱਢਣਗੇ ਫਿਰ ਨਿਕਲੂਗੀ। ਹੱਥੀ ਵੱਢਣੀ ਪਊ ਉਹਨਾਂ ਨੇ, ਥੋੜ੍ਹੀ ਹਰੀ ਆ ਉਹ। ਚੱਲ ਆਜੂਗਾ, ਬਾਕੀ ਚੱਲਦੇ ਹਾਂ ਬਾਕੀ ਗੁਰਦੁਆਰਾ ਸਾਹਿਬ, ਦੇਖਦੇ ਕੌਣ ਕੌਣ ਆਇਆ। ਬੈਠੇ ਤਾਂ ਹੈਗੇ ਨੇ, ਮੈਨੂੰ ਲੱਗਦਾ ਸੋਹਣਾ ਹੈ। ਭਿੰਦਰ ਦਾ ਫੋਨ ਆ, ਭਿੰਦਰ ਦਾ ਤਾਂ ਮੈਸੇਜ ਆ ਗਿਆ ਸੀਗਾ, ਉਹ ਤਾਂ ਪਹੁੰਚ ਗਿਆ। ਨਾਲ ਚੈੱਕ ਦੇਣ ਆਉਂਦਾ ਹੁੰਦਾ ਜਿਹੜੇ ਸਾਧਰੇ ਉੱਠਣ ਆਉਂਦਾ। ਤੜਕ ਹੀ ਆ ਗਿਆ ਬਸ, ਆਹ ਕੁਛ ਇਹਨਾਂ ਕੋਲ ਦੇਖ ਦੇਖ ਦੇ। ਲੋ ਜੀ ਨਿਸ਼ਾਨ ਸਾਹਿਬ, ਲੋ ਦੱਬਣੀ ਨੀ ਹੈਗੀ। ਲੋ ਜੀ ਨਿਸ਼ਾਨ ਸਾਹਿਬ, ਲਓ ਜੀ ਮੇਰੇ ਮਿੱਤਰੋ, ਸੇਵਾ ਚੱਲ ਰਹੀ ਆ। ਯ
ਯਾਰ ਉਹਨੇ ਤਾਂ ਬਾਲਟੀ ਡੋਲਣੀ ਆ, ਮੈਂ ਕੀ ਲੈਣਾ। ਲੋ ਜੀ ਦਹੀਂ ਲਾਤੀ, ਦਹੀਂ ਲਾਉਣ ਲੱਗੇ ਸਾਰੇ, ਚੱਲਦਾ ਕੰਮ ਸੇਵਾ ਦਾ। ਐਤਕੀ ਲੇਟ ਆ, ਅੱਗੇ ਨਹੀਂ ਤਾਂ ਹੋ ਜਾਂਦਾ, ਅੱਗੇ ਨਟ ਨਹੀਂ ਖੁੱਲਿਆ, ਅੱਜ ਨਟ ਜਾਮ ਸੀਗਾ ਪਹਿਲਾਂ। ਲੈ 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 ਆ ਭੱਜ ਗਏ, ਲੈ ਸਭ ਭੱਜ ਗਏ, ਲੈ ਲੈ ਨਾ ਹਟ ਗਿਆ ਮੀਂਹ, ਪਤਾ ਨੀ ਕਿਹੜਾ ਆ ਗਿਆ ਮੀਂਹ। ਆ ਕੌਮ ਨੂੰ ਸਿਰ ਦੇਣੇ ਆ ਬੰਦਿਆਂ ਨੇ, ਮੀਂਹ ਤੋਂ ਡਰ ਕੇ ਭੱਜ ਗਏ, ਕਰਿਆ ਗਿਆ ਕੱਪੜੇ ਬਦਲੇ ਆਇਆ ਦੁਬਾਰਾ। ਆ ਪ੍ਰਧਾਨ ਇਹਨਾਂ ਦਾ ਜਿਹੜਾ, ਆਹ ਮੁੰਡਾ ਖੜਾ, ਆਹ ਕੱਸਾ ਜੱਤ ਦੇ ਖੜਾ ਜਿਹੜਾ, ਕਾਲੀ ਰੁਮਾਲ ਆ ਪ੍ਰਧਾਨ, ਇਹ ਗੱਲਾਂ ਲਾਉਂਦਾ ਇਹ। ਨਵੇਂ ਪ੍ਰਧਾਨ ਸਾਹਿਬ ਦਾ ਬੇਟਾ ਜੀ, ਇਹ ਦੇਖੋ ਤੁਸੀਂ ਇਹਦਾ। ਲੈ 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 ਲੋ ਜੀ, ਖੰਡਾ ਚਮਕ ਗਿਆ। ਤਾਜੀ ਕਟਾਈ ਆ ਤਾਜੀ, ਪ੍ਰਧਾਨ ਸਾਹਿਬ ਦਾ ਨਵਾਂ ਮੁੰਡਾ ਇਹ। ਲੋ ਜੀ ਕਰਦੇ ਨੇ ਤੇਰੇ ਤੇ ਜੂਬ ਕਰਦੇ ਨੇ। ਮੇਰੇ ਆਉਣਾ ਜੀ ਜੀ 5 ਵਜੇ, ਸ਼ਾਮ ਦੇ 5 ਵਜੇ ਸਮਝ ਗਏ ਸੀ ਇਹ ਆਪ, ਅਸੀਂ ਸ਼ਾਮ ਦੇ 5 ਸਮਝ ਗਏ ਸੀ ਮੁੰਡੇ ਦੇ। ਨਾ ਲੈ ਆਇਆ 7 ਵਜੇ, 7:30 ਆਇਆ ਜੀ ਇਹ, ਜਦੀ ਮੀਂਹ ਆ ਗਿਆ। ਨਾ ਠੰਡਾ ਰੱਖਣਾ ਜੀ ਮੌਸਮ, ਸਾਡੇ ਮੁੱਖ ਸੇਵਾਦਾਰ ਨੇ ਜੀ, ਇਹਨਾਂ ਦਾ ਪਟਾਕਾ ਗਲਤ ਚਲਾਤਾ ਜੀ ਦੀਵਾਲੀ ਉਹਨਾਂ ਨੂੰ, ਗੁਰਪੁਰਬ ਨੂੰ, ਇਹਨਾਂ ਨੂੰ ਲੜੀ ਸੁਭਾਅ ਦੀ ਦੇਖਦੇ। ਹੋਰ ਦੱਸ, ਸਿੰਘ ਹੁੰਦੇ ਨੇ ਇਹਨਾਂ ਦੇ, ਉਹ ਗਾਹਾਂ ਤੁਰੀ ਜਾਂਦਾ, ਉਹ ਮਗਰ ਗਾਹਾਂ ਗਾਹਾਂ ਉਹ ਤੁਰੀ ਜਾਂਦਾ। ਲੋ ਜੀ ਹੋ ਗਈ ਸਮਾਪਤੀ, ਹੁਣ ਬਸ ਚੱਕਣਾ ਹੀ ਹੈ ਨਿਸ਼ਾਨ ਸਾਹਿਬ, ਔਰ ਕੰਮ ਫਤਿਹ ਹੋ ਗਿਆ। ਚਲੋ ਜੀ ਆਹ ਦੇਖ ਲੋ ਜੀ, ਇਹ ਬੰਦੇ ਨੇ ਵਿਸਾਖੀ ਵਾਲੇ ਦਿਨ ਵੀ ਮੈਡਮ ਨੇ ਜਾਂਦੇ ਨੇ। ਇੱਕ ਕਿਹੜਾ ਘੱਟ ਦੇ ਲੈਂਦਾ, ਲੋ ਜੀ ਫਤਿਹ ਬੁਲਾਤੀ ਆ ਤੇ ਨਿਸ਼ਾਨ ਸਾਹਿਬ ਚੱਕਣ ਲੱਗ ਗਏ।
ਟਰੈਕਟਰ ਹੀ 4x4 ਆ, ਬੰਦਾ ਨਹੀਂ 4x4, ਬੰਦਾ 2-wheel ਆ, ਹੰਭ ਗਿਆ ਦੇਖ ਲਓ, ਹੰਭ ਗਿਆ ਹੰਭ ਗਿਆ ਹੰਭਿਆ ਨਹੀਂ ਉਹ ਕਹਿੰਦਾ ਮੈਂ ਸੇਵਾ ਕਰ ਇੱਕੋ ਮੋੜ ਚ ਲਈ ਫਿਰੀ ਗਾ, ਪਾਵਰ ਮੋੜ ਤਾਂ ਲਾਇਆ ਹੀ ਨੀ ਤਕੜੇ ਦਾ। 54-05 ਆ, ਘਬਰਾਉਣਾ ਕਿਉਂ ਚਾਹ ਤੂੰ, ਹੈਗਾ ਤਾਂ ਵੈਰਿੰਗ ਆ, ਸੁੱਕਾ ਵੈਰਿੰਗ ਵੀ ਹੁੰਦਾ ਵੀਰੇ, ਇਹ ਦੁਬਈ ਚ ਹੁੰਦੇ ਨੇ ਨਿੱਕੇ ਸੁੱਕੇ ਵੈਰਿੰਗ, ਦੁਬਈ ਚ ਹੁੰਦੇ ਨੇ 54-05। ਓ ਜੀ ਨਿਸ਼ਾਨ ਸਾਹਿਬ ਦੀ ਹੋ ਗਈ ਸੇਵਾ ਸੰਪੂਰਨ। ਪੈਂਤੀ ਵਾਲੇ ਬੰਦੇ 40 ਫੁੱਟ ਤਾਰ ਕੇ 47 ਲੈ ਗਏ, ਉਹ ਵੀ ਘੱਟ ਗਈ 20 ਫੁੱਟ। ਉਹ ਮਿਹਨਤੀ ਵਾਲੇ ਬੰਦੇ ਨੇ ਡੱਬੀਆਂ, ਉਹ ਜਿਹੜੇ ਉਹ ਡੱਬੀਆਂ ਬਣੀਆਂ ਹੋਈਆਂ ਨਾ, ਡੱਬੀਆਂ ਗਿਣੀਆਂ ਸੀ ਇਹਨੇ ਬਲੌਕ ਜੇ, ਵੀ 1-1 ਫੁੱਟ ਦਾ ਬਲੌਕ ਆ, 40 ਫੁੱਟ ਹੋ ਗਈ ਲੈ ਦੇਖ ਲਾ ਦੇਖ ਲਾ, 40 ਫੁੱਟ ਕਿਹਾ ਜੀ, 47 ਲੈ ਕੇ ਗਏ ਆ, ਫੇਰ ਘੱਟ ਗਿਆ 49-50 ਫੁੱਟ ਕਹਿੰਦਾ ਹੁੰਦਾ ਬੰਦਾ, 40-50 ਫੁੱਟ ਕਿਹੜਾ ਹੋ ਗਈ। ਆਹ ਦੇਖ ਲਓ ਇੱਕ ਆਹ ਸੀ, ਓ ਜੀ ਲੜੀ ਚੱਲਦੀ ਹੋ ਗਈ, ਪੱਕੀ ਰਾਤ ਨੂੰ ਦਿਖਾਵਾਂ ਤੁਹਾਨੂੰ, ਇਹ ਕਿਉਂ ਨਹੀਂ ਫਿਰਦੇ ਨੂੰ ਖੇਡਦੇ, ਚਾਹ ਬਣ ਰਹੀ ਆ, ਬ੍ਰੈਡ ਆ ਗਏ, ਲੱਡੂ ਵੀ ਆਏ ਪਏ ਨੇ ਕੱਲ੍ਹ ਦੇ। ਦੇਖ ਲੋ ਕਮੇਟੀ ਮੈਂਬਰ ਬੈਠੇ ਨੇ ਸਾਰਾ ਹਿਸਾਬ ਅਲਝਾਤਾ, ਅੱਧਾ ਘੰਟਾ ਹੋ ਗਿਆ ਹਿਸਾਬ ਕਰਦੇ ਨੂੰ, ਅਲਝਾਤਾ ਅਲਝਾਤਾ ਇਹਨਾਂ ਨੇ ਹਿਸਾਬ ਅਲਝਾਤਾ, ਦੋਹੀ ਭਾਈ ਬੈਠੇ ਨੇ। ਲਓ ਜੀ ਹੋ ਗਈ ਸਮਾਪਤੀ ਵਿਸਾਖੀ ਦੇ ਪ੍ਰੋਗਰਾਮ ਦੀ, ਤੇ ਚੱਲੇ ਆ ਆਹ ਅਲਝਾਉਣ ਵਾਲੇ ਹਿਸਾਬ ਵਾਲੇ ਆ ਗਏ, ਜਿੰਦਾ ਲਾ ਜੀ ਮੇਰਾ ਵੀਰ ਜਿੰਦਾ ਲਾ ਜੀ। ਲਓ ਜੀ ਆਪਾਂ ਵੀ ਚੰਡਾ ਲਾਤਾ ਖਾਲਸੇ ਦਾ, ਇਹ ਕਮੇਟੀ ਵੱਲੋਂ ਫੈਸਲਾ ਸੀਗਾ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਈ ਕਮਾਨ ਦਾ, ਅਤੇ ਸਭ ਨੇ ਆਪਣੇ ਘਰਾਂ 'ਤੇ ਲਾਉਣੇ ਆ, ਬਾਕੀਆਂ ਦਾ ਪਤਾ ਨਹੀਂ, ਆਪਾਂ ਲਾਤਾ ਭਾਈ। ਸ਼ਾਮ ਦਾ ਟਾਈਮ 5 ਵਜੇ ਹੋਏ, ਆਪਾਂ ਵੱਜਣ ਲੱਗੇ ਹਰਾ, ਪਹਿਲਾਂ 13 ਵਾਹਾਂਗੇ, ਦੁਬਾਰਾ ਫਿਰ ਵਾਹਾਂਗੇ ਇਹਨੂੰ, ਕਿਉਂਕਿ ਇਹਦੇ ਡਾਲੇ ਦੀ ਦਾਬ ਘੱਟ ਆ, ਫਿਰ 13 ਦੁਬਾਰਾ ਵਾਹੇ ਜਾਊ ਵਧੀਆ ਤਰੀਕੇ ਨਾਲ, ਫਿਰ ਕੱਲ੍ਹ ਸੁਭਾਗਾ ਵੀ ਮਾਰ ਦਾਂਗੇ। ਮੈਨੂੰ ਐਂ 13 ਡੂੰਘਾ ਬੀਜਿਆ ਜਾਵੇ, ਗਿੱਲ ਜੀ ਉਹ ਹੋ ਜੂਗੀ, ਗਿੱਲ ਹੈਗੀ ਲੈ ਗਈ ਵਧੀਆ ਠੀਕ ਆ। ਲਓ ਜਿਹੜੀ ਲਾਈਟ ਲਾਈ ਸੀ ਅੱਜ ਸਵੇਰੇ ਨਿਸ਼ਾਨ ਸਾਹਿਬ 'ਤੇ, ਦੂਰੋਂ ਤਾਂ ਕੁਛ ਇੱਦਾਂ ਦੀ ਚਾਨਣਾ ਨਾ, ਹਨੇਰਾ ਵੀ ਪੂਰਾ ਪ੍ਰੋਪਰ ਨਹੀਂ ਹੋਇਆ, ਜਦੋਂ ਹਨੇਰਾ ਆ ਗਿਆ ਫਿਰ ਤੈਨੂੰ ਉੱਥੇ ਲਵੇ ਚੈੱਕ ਕਰਾਵਾਂਗੇ ਕਿੰਨਾ ਕੁ ਕੀ ਹਿਸਾਬ ਕਿਤਾਬ, ਅੱਖਾਂ ਤਾਂ ਬਹੁਤ ਸੋਹਣੀ ਲੱਗਦੀ ਲੱਗੀ, ਬਾਕੀ ਤੈਨੂੰ ਬਾਅਦ 'ਚ ਘੁਸਾਵਾਂ। ਇਹ ਆ ਜੀ ਨਿਸ਼ਾਨ ਸਾਹਿਬ ਦੀ ਵੀਡੀਓ, ਚੱਲਿਆ ਘਰੇ ਆ ਕੇ ਵਾਲੀਬਾਲ ਖੇਡਣ ਆਉਂਦੇ ਹਾਂ, ਦਸ ਮਿੰਟ
ਤੇ ਦੱਸਿਓ ਫਿਰ ਤੁਹਾਨੂੰ ਕਿੱਦਾਂ ਲੱਗੀ ਵੀਡੀਓ। ਵਧੀਆ ਲੱਗੀ ਤਾਂ ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਲਾਈਕ ਜ਼ਰੂਰ ਕਰਕੇ ਜੇ ਵੀਡੀਓ ਕਮੈਂਟ ਕਰ ਦਿਓ। ਅੱਗੇ ਵਧੀਆ ਵਧੀਆ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ। ਥੈਂਕ ਯੂ ਸੋ ਮਚ ਫਾਰ ਵਾਚਿੰਗ। ਬਾਏ।